ਸੈਮਾ ਖਾਨ 2 ਵੈਰੀ ਗੁੱਡ ਇਹ ਤੁਹਾਡਾ ਨਾਮ ਲਿਖਿਆ ਬਾਹਰ ਸੈਮਾ ਖਾਨ 2 ਜੀ ਮੇਰਾ ਨਾਮ ਹੈ ਫੇਸ ਤਾਂ ਤੁਹਾਡਾ ਰਲਦਾ ਲੇਕਿਨ ਕਈ ਚੀਜ਼ਾਂ ਨਹੀਂ ਵੇ ਰਲਣ ਡਈਆਂ ਉਹਨਾਂ ਦੇ ਤੁਹਾਨੂੰ ਮਿਹਨਤ ਕਰਨੀ ਪੈਣੀ ਜਦੋਂ ਉਹ ਚੀਜ਼ਾਂ ਤੁਹਾਨੂੰ ਬਗਾਨੇ ਹੱਥਾਂ 'ਚ ਦੇਣੀਆਂ ਪੈਣੀਆਂ ਸੈਮਾ ਖਾਨ 2 ਦਾ ਮਤਲਬ ਉਹ ਤੋਂ ਵੀ ਚੌੜੀ ਹੁੰਦੀ ਇਹ ਸਿੰਗਲ ਵਰਦੀ ਆ आखरी खालस दो ही वेखिया नहीं घर भी तो डब्बे वाला ही मैं लगता चोरी वाला ਨੇ ਵਾਕੇ ਤੁਹਾਡਾ ਫੇਸ ਉਹਨਾਂ ਨਾਲ ਰਲਦਾ ਅੱਛਾ ਜੀ ਲੇਕਿਨ ਕੋਈ ਕੰਮ ਦਾ ਸਾਨੂੰ ਪਤਾ ਨਹੀਂ ਰਲਦਾ ਕਿ ਨਹੀਂ ਰਲਦਾ ਕੰਮ ਡਿਫਰੈਂਟ ਹੈ ਕੰਮ ਦਾ ਤਾਂ ਫਰਕ ਮਾੜਾ ਮੋਟਾ ਤਾਂ ਹੋਣਾ ਹੀ ਚਾਹੀਦਾ ਹਾਂ ਜੀ ਬਹੁਤ ਇਹ ਹੋ ਵੀ ਜਾਂਦਾ ਲੇਕਿਨ ਤੁਹਾਡੀ ਸਿਹਤ ਦਾ ਤੇ ਉਹਨਾਂ ਦੀ ਸਿਹਤ ਦਾ ਫਰਕ ਆ ਥੋੜਾ ਜਿਹਾ ਬਗਾਨੇ ਆ ਸਾਜ ਰਿਆ ਤੇ ਕੰਮ ਉਦਾਂ ਦਾ ਹੀ ਹੋ ਜਾਣਾ ਇਹ ਕਿੰਨੀ ਦੇਰ ਹੋ ਗਈ ਤੁਹਾਨੂੰ ਫੇਲ ਜਾਇਆ ਨੂੰ ਮੈਨੂੰ ਹਾਂ ਸੱਚ ਦੱਸਾਂ ਕਿ ਛੋੜ ਸੱਚ ਦੱਸ ਦੇਂਗੀ ਤੇ ਕੋਈ ਨਹੀਂ ਆਪਾਂ ਇਹ ਫੈਸਲਾਬਾਦ ਹੈ ਤੇ ਸੱਚ ਬੋਲੇਂਗੀ ਤੇ ਵਾਪਸ ਵੀ ਆਏਂਗੀ ਡੇਢ ਮਹੀਨਾ ਜੇ ਝੂਠ ਬੋਲੇਂਗੀ ਹਾਂ ਤੈਨੂੰ ਡੇਢ ਮਹੀਨਾ ਲੱਗ ਗਿਆ डेढ़ महीना होया तुहानू फील्ड च आया लेकिन टाइम तुहानू लगना वा लेकिन तुहाडे को काम है वा तुसीं सैमा खां बन जाओगे नहीं आखरी बंदे तक सुकून होना चाहिए लेकिन फैसलाबाद आले प्यार करदे ने अज गाना इतने गाना इदा का करना जो दोस्त आपस बैठे है ना अच्छा गाना जो हम अज करना ना इतना सुनो फैसलाबादियो तुहानू डांस पसंद है कि शकरदम पसंद है अपनी मर्जी करो मर्जी करो फैसलाबाद आयो पहली बारी आयो कि पहले भी आयो कि अच्छा पहली बारी आई तेरी सोच है नहीं ये हुण इन्हें आना ही आना ਇਹਨੂੰ ਹੁਣ ਇਹ ਹੁਣ ਤੇਜ਼ ਗਮ ਹੋ ਗਈ ਏ ਹਾਂ ਇਹਨੇ ਤਾਂ ਬੰਦੇ ਥੱਲੇ ਦੇ ਦੇ ਨੰਗੀ ਜਾਣਾ ਇਹ ਉਹ ਤੇਜ਼ ਗਾਵਾਂ ਹਾਂ ਜਿੱਥੇ ਜਦੋਂ ਮੂੰਫਲੀ ਵਾਲਾ ਚੜ ਗਿਆ ਲੱਥੇ ਆਈ ਨਹੀਂ ਇਹ ਬੋਤਲ ਵਾਲਾ ਚੜ ਗਿਆ ਉਹ ਵੀ ਨਹੀਂ ਲੱਥੇ ਉੱਤੇ ਹੀ ਗਈ ਜਾਂਦਾ ਠੰਡੇ ਪੀਓ ਠੰਡੇ ਪੀਓ ਠੰਡੇ ਤੇਜ਼ ਗਮ ਫ੍ਰੈਂਚਾਈਜ਼ ਤੇ ਰਿਓੜੀ ਵਾਲਿਆਂ ਤੋਂ ਮੈਂ ਛੜਿਆ ਹੀ ਨਹੀਂ ਹਾਂ ਹਾਂ ਰਿਓੜੀ ਵਾਲਿਆਂ ਤੋਂ ਸ਼ੁਰੂ ਹੋਣਾ ਪੈਂਦਾ ਬੰਦੇ ਨੇ ਜੀ पेट्रोल पंप ते तेल पैंदा वेख के कहणी आउंदियां हा हाय नी एदां पैंदा वा हाय मैं मर गई नी हाय मैं मर गई नी किवें गल गल पई जांदा ਉਦੋਂ ਜਾਨ ਤੇ ਬਣਦੀ ਜਦੋਂ ਨੋਜ਼ਲ ਕੱਢ ਕੇ ਟੈਂਕੀ 'ਚੋਂ ਬੰਦਾ ਪਿੱਛੇ ਲਾਉਂਦਾ ਮਸ਼ੀਨ ਲੇਕਿਨ ਮੇਰੀ ਇੱਕ ਗੱਲ ਯਾਦ ਰੱਖੀ ਓਏ ਮੈਨੂੰ ਬੜੀ ਸ਼ਰਮ ਆਈ ਆ ਲੋਕਾਂ ਕੋਲ ਪੈਸੇ ਲੈ ਕੇ 2 ਕਰੋੜ ਰੁਪਏ ਦਾ ਚੈੱਕ ਲੈ ਕੇ
ਉਹ ਪਾਗਲ ਇਨਸਾਨ ਇਨਸਾਨ ਨੂੰ ਆਪਣੀਆਂ ਬਾਹਾਂ ਤੇ ਮਾਣ ਕਰਨਾ ਚਾਹੀਦਾ ਆ ਝੂਠੇ ਜੇ ਪੈਸੇ ਬਗਾਨੀਆਂ ਅੰਦਾਜ਼ਾ ਨਾਲ ਪਾਕਿਸਤਾਨ ਦੁਨੀਆ ਦਾ ਸਭ ਤੋਂ ਖੂਬਸੂਰਤ ਮੁਲਕ ਆ ਹਰ ਸ਼ਹਿਰ ਇਹਦੇ ਵਿੱਚ ਆ ਚਾਰ ਮੌਸਮ ਇਹਦੇ ਵਿੱਚ ਆ ਇਹਦੇ ਵਿੱਚ ਸੇਬ ਵੀ ਐਸਾ ਕਿ ਇੱਕ ਨਿਚੋੜੀਏ ਪੂਰਾ ਗਲਾਸ ਭਰ ਜਾਂਦਾ ਸਾਨੂੰ ਸਾਡੀਆਂ ਮਸਨੂਆਤਾਂ ਮਿਲਣ ਤੇ ਅੱਲਾਹ ਦੀ ਕਸਮ ਸਾਡਾ ਮੁਲਕ ਇੰਨਾ ਤਰੱਕੀ ਕਰੂਗਾ ਪਾਕਿਸਤਾਨ ਬਹੁਤ ਪਾਵਾਂਗਾ ਇਹ ਤੂੰ ਸਬਰ ਕਰ ਕਿਸ਼ਵਰ ਜਿਹੜੀ ਹੈ ਨਾ ਬੜੀ ਉਹ ਕਿਸੇ ਗੰਦੀ ਨਸਲ ਦੇ ਕੋਈ ਗੱਲ ਬਦਲ ਲੈ ਹੁਣ ਤੈਨੂੰ ਇੱਕ ਵਾਰੀ ਕਿਹਾ ਮੇਰੀ ਸੱਚੀ ਮੁੱਚੀ ਮਾਂ ਦਾ ਨਾਮ ਆ ਨਹੀਂ ਇੰਜ ਕਰੀ ਦੀ ਹੁੰਦੀ ਯਾਰਾ ਕਿਤੇ ਗੈਰ ਬੈਠੇ ਆ ਆ ਆਇਆ ਕਿਸ਼ਵਰ ਅਗਲੇ ਨੇ ਫੋਟੋਆਂ ਵੀ ਰੱਖੀਆਂ ਆ ਤੁਹਾਡਾ ਤਵੀਤ ਨਾਲ ਹੀ ਡਿੱਗ ਪਿਆ ਸਾਲੇ ਦੀ ਬੰਦੇ ਵਾਲੀ ਬੋਲੀ ਨੀ ਹੈਗੀ ਨਾਲੀ ਫੜ ਚਲੀ ਹੈ ਰਕਸ਼ੇ ਜਾ ਤੁਕਾ ਦਿੱਤਾ ਕਿਸ਼ਵਰ ਕਰ ਬੰਦੇ ਨੂੰ ਪਸੀਨਾ ਆਇਆ ਤੇ ਗਈ ਸਾਫ਼ ਕਰ ਲੈ ਮੈਨੂੰ ਦੱਸੋ ਕਿਸ਼ਵਰ ਹੈ ਕੌਣ ਇਹ ਕਿਸ਼ਵਰ ਹੈਗੀ ਆ ਬਹੁਤ ਮਿਹਨਤੀ ਔਰਤ ਦਸਤਾਨਾ ਫੈਕਟਰੀ 'ਚ ਕੰਮ ਕਰਦੀ ਸੀ ਇਹ ਕੁੰਗਲ ਵਾਲੇ 'ਚ ਮਤਲਬ ਦੇਖੋ ਲੱਗਦਾ ਨਹੀਂ ਭੈਣ ਰੁੱਸ ਕੇ ਆਈ ਆ ਭਰਾ ਸਮਝਾਉਣ ਦੇ ਤੇ ਭਣਵਈਆ ਮੰਨ ਨਹੀਂ ਰਿਹਾ ਹਾਲਾਂਕਿ ਭਣਵਈਏ ਨੂੰ ਕਹਿ ਰਹੇ ਵੀ ਜਿੰਨੀ ਸਰਦੀ ਆ ਮੰਨ ਜਾਈ ਆ ਗੱਲ ਕੀ ਆ ਤੁਸੀਂ ਇਹ ਦੱਸੋ ਪੁੱਛੋ ਇੱਕ ਗੱਲ ਇੱਕ ਜਵਾਬ ਬੇਟਾ ਬਿਸਮਿਲਾ ਸਾਹ ਜੀ ਫੈਸਲਾਬਾਦ ਆਏ ਇੱਥੇ ਦੇ ਲੋਕ ਕੈਸੇ ਲੱਗੇ ਨੇ ਬਹੁਤ ਅੱਛੇ ਤੇ ਰਕਸ਼ੇ ਕੀ ਮਤਲਬ ਰਕਸ਼ੇ ਜੀ ਮਤਲਬ ਬੇਟਾ ਵੀ ਦੇਖ ਨਹੀਂ ਦੇ ਅੱਛਾ ਮੈਨੂੰ ਡਾਇਰੈਕਟਰ ਸਾਹਿਬ ਨੇ ਭੇਜਿਆ ਡਾਇਰੈਕਟਰ ਕਹੇਗਾ ਕਿ ਆਪਣੀ ਭੈਣ ਦੇ ਹੱਥ ਤੇ ਲੈ ਨਾ ਜਾ ਤੋ ਕਿਸ਼ਵਰ ਪਾਪੜ ਵੇਚਦੀ ਆਉਣ ਡਈ ਆ ਤੂੰ ਫੈਸਲਾਬਾਦ ਦੇ ਬੰਦੇ ਵੇਖ ਬਾਤ
ਉੱਚੀ ਬੋਲਣਾ ਉਹ ਜਿਹੜੇ ਬੈਠੇ ਆ ਨਾ ਤੂੰ ਸਮਝ ਨੀ ਕਰਿਆ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਫੈਸਲਾਬਾਦ ਐਸਾ ਤਾਂ ਫਲੇਵਰ ਮਿਲਣਾ ਬੋਲਣ ਚ ਇਹ ਫੈਸਲਾਬਾਦ ਅੱਲਾ ਦੀ ਕਿਸੇ ਬੜੇ ਮਾਸੂਮ ਲੋਕ ਆ ਇੱਥੇ ਦੇ ਆ ਵੇਖ ਲੋ ਚਦਰਾਂ ਹੀ ਇੰਝ ਲਈਆਂ ਜਿਵੇਂ 2.5 ਮਹੀਨੇ ਦਾ ਡਰਾਮਾ ਇਹ ਚਦਰ ਦਾ ਬੜਾ ਫਾਇਦਾ ਆ ਜਿੱਥੇ ਸੋਹਣੀ ਕੁੜੀ ਆਈ ਅੰਦਰ ਨੈਟਵਰਕ ਵੀ ਸੀ ਉਹਦੇ ਨਾਲ ਦਾ ਕਹਿੰਦਾ ਛਿੱਟੇ ਨਾ ਪਾਵੀ ਤੇਰੀ ਮਿਹਰਬਾਨੀ ਇਹ ਹੁਣ ਅਗਲਾ ਬੋਲਿਆ ਉਹ ਛੇੜ ਜਾਊਗਾ ਤੇ ਛਿੱਟੇ ਕੋਈ ਤੈਨੂੰ ਚੰਗੀ ਆਵਾਜ਼ ਨਹੀਂ ਆਉਣੀ ਏਡਾ ਦੀ ਖੁਸ਼ੀ ਖਿਲਾ ਕੁੜੀ ਮਨ ਆਪਣੇ ਵਿਆਹ ਦੇ ਉਲਟੀ ਕਰਕੇ ਘਰ ਚ ਲੜਾਈ ਪਾ ਲੈਂਦੀ ਬਹੁਤ ਅੱਛੇ ਅਗਲੇ ਕੱਟਣੇ ਚਾਹੀਦੇ ਆ ਕਿਸ਼ਵਰ ਤਾਂ ਬੂਝੇ ਜੇ ਲਈ ਫਿਰਦੀ ਸੀ ਜਾਈਦਾ ਵਾ ਤੇ ਅੰਦਰ ਜਾਣ ਵਾਲਾ ਵਿੱਚ ਹੀ ਅੜਿਆ ਰਹਿੰਦਾ ਸੀ ਆ ਤਾਂ ਪਰੇ ਬਦਲ ਪਲ ਗਈ